ਹੈਲੋ एवरीवन ਗਿਲਜ 멘ਟਰ ਦੇ ਅਫੀਸ਼ੀਅਲੀ YouTube ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰ ਰਿਹਾ ਹਾਂ ਉਮੀਦ ਕਰ ਰਿਹਾ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਪੰਜਾਬ ਸਰਕਾਰ ਦੁਆਰਾ ਪੰਜਾਬ ਐਜੂਕੇਸ਼ਨ ਬੋਰਡ ਚ ਟੀਚਰ ਦੀਆਂ ਭਰਤੀਆਂ ਨੂੰ ਆਖਰਰੀ ਚੰਡੀ ਦੇ ਦਿੱਤੀ ਗਈ ਹੈ ਮੈਂ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗਾ ਕਿ ਤੁਸੀਂ ਕਿੱਦਾਂ ਔਰ ਕਿਸ ਤਰ੍ਹਾਂ ਇਹ ਨੋਟੀਫਿਕੇਸ਼ਨ ਦੇਖ ਸਕਦੇ ਹੋ ਔਰ ਕਿੱਦਾਂ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਜੇ ਤੁਸੇ ਚਾਹੋ ਨੀ ਤੁਹਾਡੇ ਤੱਕ ਐਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸਬੰਧ ਸਿਲੇਬਸ ਦੇ ਸਬੰਧ ਆਉਣ ਵਾਲੀਆਂ ਵੈਕੈਂਸੀਸ ਅਤੇ ਇਹਦੇ ਨਾਲ ਫ੍ਰੀ ਆਫ ਕੋਸਟ ਕਲਾਸਸ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਅਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਸਾਡੀ ਇੰਸਟਾਗ੍ਰam ਟੈਲੀਗ੍ਰam ਵਟਸਐਪ ਗਰੁੱਪ ਤੇ ਕਲਿੱਕ ਕਰਕੇ ਤੁਸੀਂ ਫ੍ਰੀ ਚ ਸਟੱਡੀ ਮਟੀਰੀਅਲ ਲੈ ਸਕਦੇ ਹੋ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਆਫੀਸ਼ੀਅਲੀ ਨੋਟੀਫਿਕੇਸ਼ਨ ਤੇ ਉੱਥੇ ਦੇਖਦੇ ਹਾਂ ਵਧੇਰੀ ਜਾਣਕਾਰੀ ਕੀ ਹੈ ਸਭ ਤੋਂ ਯਾਨੀ ਮੈਂ ਕਹਿ ਸਕਦਾ ਹਾਂ ਡਾਇਰੈਕਟੋਰੇਟ ਸਿੱਖਿਆ ਭਰਤੀ ਪੰਜਾਬ ਬੋਰਡ ਦੁਆਰਾ ਜੋ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹਨਾਂ ਨੇ 28 ਪੋਸਟਾਂ ਦੀ ਜਾਣਕਾਰੀ ਦਿੱਤੀ ਹੈ ਸਾਇੰਸ ਦੇ ਸਬੰਧ ਵਿੱਚ 28 ਅੰਗਹੀਣ ਕੋਟੇ ਦੀਆਂ ਜੋ ਬੈਕਲੌਗ ਅਸਾਮੀਆਂ ਨੂੰ ਪਰਨ ਸੰਬੰਧੀ ਯੋਗ ਉਮੀਦਵਾਰਾਂ ਵੱਲੋਂ ਯੋਗ ਉਮੀਦਵਾਰ ਇੱਥੇ ਫਾਰਮ ਭਰ ਸਕਦੇ ਨੇ ਇਹ ਤੁਹਾਨੂੰ ਵੈਬਸਾਈਟ ਦਿੱਤੀ ਗਈ ਹੈ www.educationrecruitmentboard.com ਤੇ ਤੁਸੀਂ ਜਾ ਕੇ ਆਪਣਾ ਫਾਰਮ ਭਰ ਸਕਦੇ ਹੋ ਫਾਰਮ ਭਰਨ ਦੀ ਸਟਾਰਟਿੰਗ ਜੋ ਮਿਤੀ ਰੱਖੀ ਗਈ ਹੈ ਉਹ 6 ਨਵੰਬਰ ਤੋਂ ਲੈ ਕੇ ਤੁਸੀਂ 20 ਨਵੰਬਰ ਤੱਕ ਆਪਣਾ ਫਾਰਮ ਭਰ ਸਕਦੇ ਹੋ ਰਾਈਟ ਇਹਦੇ ਤੇ ਤੁਹਾਨੂੰ ਟਰਮਸ ਐਂਡ ਕੰਡੀਸ਼ਨਸ ਜੋ ਵੀ ਦਿੱਤੀਆਂ ਉਹਦੇ ਸਬੰਧ ਵਿੱਚ ਤੁਹਾਡੇ ਫਾਰਮ ਭਰੇ ਜਾਣਗੇ ਤਾਂ ਜਿੰਨੇ ਵੀ ਐਲੀਜੀਬਲ ਇੱਥੇ ਗੁਰੂਜਨ ਹਨ ਤਾਂ ਆਪਣਾ ਸਹੀ ਸਮਾਂ ਰੈਂਦੇ ਹੋਏ ਆਪਣਾ ਫਾਰਮ ਜ਼ਰੂਰ ਭਰੋ ਦੂਜਾ ਨੋਟੀਫਿਕੇਸ਼ਨ ਹੈਗਾ ਵਾ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਮਾਜਿਕ ਸਿੱਖਿਆ ਮਾਸਟਰ ਸਮਾਜਿਕ ਸਿੱਖਿਆ ਮਾਸਟਰ ਦੇ ਸਬੰਧ ਚ ਇਹਨਾਂ ਨੇ ਨੋਟੀਫਿਕੇਸ਼ਨ ਵਿੱਚ ਦੋ ਪੋਸਟਾਂ ਦੀ ਅੰਗਹੀਣ ਕੋਟੇ ਦੀਆਂ ਬੈਕਲੌਗ ਅਸਾਮੀਆਂ ਨੂੰ ਭਰਨ ਸਬੰਧੀ ਯੋਗ ਉਮੀਦਵਾਰ ਵੱਲੋਂ ਯੋਗ ਉਮੀਦਵਾਰਾਂ ਲਈ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਇਹਦੇ ਚ ਵੀ ਤੁਸੀਂ 6 11 2019 ਤੋਂ ਲੈ ਕੇ 20 11 2019 ਤੱਕ ਆਪਣਾ ਫਾਰਮ ਭਰ ਸਕਦੇ ਹੋ ਤੀਜਾ ਨੋਟੀਫਿਕੇਸ਼ਨ ਹੈਗਾ ਵਾ ਪੰਜਾਬ ਸਿੱਖਿਆ ਵਿਭਾਗ ਵੱਲੋਂ ਗਣਿਤ ਮਾਸਟਰ ਯਾਨੀ ਜੋ ਮੈਥ ਦੇ ਸੰਬੰਧਿਤ ਠੀਕ ਹੈ ਉਹ ਟੀਚਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਔਰ ਤੁਸੀਂ ਇਸ ਦੇ ਵਿੱਚ ਟੋਟਲ 40 ਪੋਸਟਾਂ ਨੇ 40 ਅੰਗਹੀਣ ਕੋਟੇ ਦੀਆਂ ਬੈਕਲੋਗ ਅਸਾਮੀਆਂ ਨੂੰ ਭਰਨ ਸੰਬੰਧੀ ਯੋਗ ਉਮੀਦਵਾਰ ਆਪਣੇ ਫਾਰਮ ਭਰ ਸਕਦੇ ਨੇ ਫਾਰਮ ਭਰਨ ਦੇ ਤੁਹਾਨੂੰ ਵੈਬਸਾਈਟ 'ਤੇ ਬਾਰ-ਬਾਰ ਦੱਸ ਰਿਹਾ ਹਾਂ www.educationboard.com ਤੇ ਜਾਣਾ ਵਾ ਉੱਥੇ ਤੁਹਾਨੂੰ ਪ੍ਰੋਪਰਲੀ ਇਹਦੇ ਲਿੰਕ ਮਿਲ ਜਾਣਗੇ ਬਲਕਿ ਮੈਂ ਤੁਹਾਨੂੰ ਨੋਟੀਫਿਕੇਸ਼ਨ ਵੀ ਦਿਖਾਵਾਂਗਾ ਕਿ ਕਿਦਾਂ ਤੁਸੀਂ ਫਾਰਮ ਭਰ ਸਕਦੇ ਹੋ ਕੀ ਜਾਣਕਾਰੀ ਹੋਏਗੀ 6 ਨਵੰਬਰ ਤੋਂ ਲੈ ਕੇ 20 ਨਵੰਬਰ ਦੇ ਵਿੱਚ ਵਿੱਚ ਤੁਹਾਡੇ ਫਾਰਮ ਭਰੇ ਜਾਣਗੇ ਅਗਲਾ ਨੋਟੀਫਿਕੇਸ਼ਨ ਹੈਗਾ ਵਾ ਇਦੇ ਵਿੱਚ ਦੇ ਰੱਖਿਆ ਕਿ ਪੰਜਾਬੀ ਮਾਸਟਰ ਕਾਰਡ ਪੰਜਾਬੀ ਦੀਆਂ ਪੋਸਟਾਂ ਦੋ ਨੇ ਦੋ ਅੰਗਹੀਣ ਕੋਟੇ ਚੋ ਬੈਕਲੌਗ ਦੀਆਂ ਅਸਾਮੀਆਂ ਨੇ ਉਹ ਪਰ ਸਕਦੇ ਹੋ ਤੁਸੀਂ ਔਰ ਇਹਦੇ ਸਬੰਧ ਵਿੱਚ ਵੀ ਸੇਮ ਹੀ ਕੰਡੀਸ਼ਨ ਅਤੇ ਟਰਮਸ ਐਂਡ ਕੰਡੀਸ਼ਨਸ ਰਹਿਣ ਵਾਲੀ ਹੈ ਨੈਕਸਟ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਪਾਰਟਿਕੂਲਰ ਨੇ ਹਿੰਦੀ ਵਾਸਤੇ ਦੇ ਰੱਖਿਆ ਵਾ ਹਿੰਦੀ ਮਾਸਟਰ 10 ਅੰਗਹੀਣ ਕੋਟੇ ਦੀਆਂ ਬੈਕਲੋਗ ਅਸਾਮੀਆਂ ਦੇ ਸਬੰਧ ਚ ਹੈ ਸੇਮ ਵੈਬਸਾਈਟ ਹੈ ਸੇਮ ਰੈਫਰੈਂਸ ਹੈ ਸੇਮ ਤੁਸੀਂ ਟਾਈਮ ਪੀਰੀਅਡ ਤੁਹਾਨੂੰ ਦਿੱਤਾ ਵਾ ਫਾਰਮ ਭਰਨ ਦਾ ਔਰ ਇਹ ਤੁਹਾਡੇ ਲਈ ਬਹੁਤ ਅੱਛੀ ਖਬਰ ਹੈ ਠੀਕ ਹੈ ਜੇ ਇਸ ਸਬੰਧ ਚ ਤੁਸੀਂ ਹੋਰ ਵੀ ਵਧੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਦੇ ਦਿੱਤੇ ਗਏ ਆਫੀਸ਼ੀਅਲ ਕੰਟੈਕਟ ਨੰਬਰ ਤੇ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਤਾਂ ਤੁਹਾਨੂੰ ਮੈਂ ਹੁਣ ਆਫੀਸ਼ੀਅਲੀ ਵੈਬਸਾਈਟ ਤੇ ਦਿਖਾਉਣਾ ਵਾ ਇਹਨਾਂ ਦੀ ਕੀ ਕੀ ਡਿਟੇਲ ਦੇ ਰੱਖੀ ਹੈ ਤਾਂ ਇਹ ਅਫੀਸ਼ੀਅਲੀ ਵੈਬਸਾਈਟ ਹੈ ਹਜੇ ਤੱਕ ਇਹਨਾਂ ਨੇ ਲੇਟੈਸਟ ਜੋ ਸਰਕੂਲਰ ਹੈ ਉਹਦੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦੇ ਰખી ਹੈ ਬਲਕਿ ਪੀਐਸਟੈਟ ਦੀ ਜਾਣਕਾਰੀ ਦੇ ਰખી 2018 ਦੀ ਅਤੇ ਜੋ 3582 ਇੰਗਲਿਸ਼ ਦੇ ਅਲਾਟਮੈਂਟ ਕੀਤੇ ਗਏ ਨੇ ਉਹਨਾਂ ਬਾਰੇ ਇਹਨਾਂ ਨੇ ਅਪਡੇਟ ਦੇ ਰખી ਹੈ ਫਰਦਰ ਤੁਸੀਂ ਇਹਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਇੱਥੇ ਹੇਟ ਦਿੱਤੇਗੇ ਜਿੱਦਾਂ ਕਿ ਤੁਸੀਂ ਸਰਕੂਲਰ ਹੈ ਜਾਂ ਰਿਕਰੂਟਮੈਂਟ ਹਿਸਟਰੀ ਦੇ ਸੰਬੰਧ ਚ ਅਗਰ ਲੇਟੈਸਟ ਰਿਕਰੂਟਮੈਂਟ ਦੇ ਵਿੱਚ ਵੀ ਤੁਸੀਂ ਲੌਗਇਨ ਕਰਕੇ ਪੂਰੀ ਜਾਣਕਾਰੀ ਦੇਖ ਸਕਦੇ ਹੋ ਜਦ ਹੀ ਕੋਈ ਅਫੀਸ਼ੀਅਲੀ ਅਪਲੋਡ ਹੋਏਗਾ ਪੂਰਾ ਨੋਟੀਫਿਕੇਸ਼ਨ ਤਾਨੂੰ ਪੂਰੀ ਜਾਣਕਾਰੀ ਦੇ ਨਾਲ ਸਾਂਝੀ ਕੀਤੀ ਜਾਏਗੀ ਤਦ ਤੱਕ ਦੇਖਦੇ ਰਹੋ ਤਿਆਰੀ ਕਰਦੇ ਰਹੋ ਮਿਲਦੇ ਆ ਫਿਰ ਨੈਕਸਟ ਐਪੀਸੋਡ ਚ ਤਦ ਤੱਕ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ